ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਵੀ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ 21 ਤਰੀਕ ਨੂੰ ਦਿੱਲੀ ਕੂਚ ਦਾ ਸੋ ਮੈਂ ਉਸ ਫੈਸਲੇ ਨਾਲ ਬਿਲਕੁਲ ਸਹਿਮਤ ਹਾਂ ਤੁਸੀਂ ਸਹਿਮਤ ਹੋਵੋ ਜਾਂ ਨਾ ਹੋਵੋ ਮੈਨੂੰ ਉਹਦੀ ਗੱਲ ਕਹੀ ਹੋਈ ਯਾਦ ਆ ਜਾਂਦੀ ਹੈ ਉਹ ਤੁਹਾਡੇ ਵੀ ਜਵਾਨ ਸੀ ਦੀਪ ਸਿੱਧੂ ਕਹਿੰਦਾ ਸੀ ਕਿ ਦਿੱਲੀ ਜਾਇਆ ਬਿਨਾ ਹੱਲ ਨਹੀਂ ਬਣਨਾ ਜਿਨ੍ਹਾਂ ਲੋਕਾਂ ਨੇ ਸਾਡਾ ਹੱਲ ਕਰਨਾ ਹੋਵੇ ਨਾ ਜੇ ਸਾਨੂੰ ਇਹ ਆਪਣੇ ਸਮਝਦੇ ਹੁਣ ਤੱਕ ਘਰੇ ਬੈਠਿਆਂ ਦਾ ਹੱਲ ਕਰ ਦੇਣ ਸਾਨੂੰ ਸੜਕਾਂ ਤੇ ਕਿਉਂ ਰੋਲਣਾ ਪਏ ਆਪਣੇ ਹੱਕ ਲੈਣ ਦੇ ਲਈ ਸਾਨੂੰ ਪ੍ਰੋਟੈਸਟ ਕਿਉਂ ਕਰਨੇ ਪੈਣ ਹੱਕ ਲੈਣ ਦੇ ਲਈ ਸਾਨੂੰ ਸੜਕਾਂ ਤੇ ਕਿਉਂ ਉਤਰਨਾ ਪਵੇ ਜੇ ਸਰਕਾਰ ਸਾਡੀ ਸੁਣਦੀ ਹੋਵੇ ਜੇ ਸਰਕਾਰ ਸਾਡੀ ਆਪਣੀ ਹੋਵੇ ਤਾਂ ਸਾਨੂੰ ਇਹ ਕੁਝ ਕਿਉਂ ਕਰਨਾ ਪਏ ਸਾਡੇ ਤੇ ਤਾਂ ਬਸ ਧਰਮਾਂ ਦੇ ਨਾਮ ਤੇ ਠੱਪੇ ਲਾਏ ਜਾਂਦੇ ਆ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਵੋਟਾਂ ਲਈਆਂ ਜਾਂਦੀਆਂ ਨੇ ਸਾਨੂੰ ਪੋਲਿਟਿਕਲ ਪਾਰਟੀਆਂ ਦੇ ਨਾਮ ਤੇ ਲੜਾਇਆ ਜਾਂਦਾ ਤੇ ਸਾਨੂੰ ਇਹ ਕਿਹਾ ਜਾਂਦਾ ਅਸੀਂ ਤੁਹਾਡੇ ਹਿੱਤਦਿਆਂ ਜੀ ਤੁਹਾਡੇ ਆਪਣੇ ਆ ਜੀ ਤੁਹਾਡੇ ਸਾਡੇ ਵੱਲ ਧਿਆਨ ਰੱਖਿਓ ਅਸੀਂ ਤੁਹਾਡੇ ਵੱਲ ਧਿਆਨ ਰੱਖਾਂਗੇ ਤੇ ਜਦੋਂ ਅਸੀਂ ਧਿਆਨ ਰੱਖ ਲੈਨੇ ਆ ਤੇ ਜਦੋਂ ਆਵਦੀ ਵਾਰੀ ਆਉਂਦੀ ਆ ਇਹ ਲੋਕ ਜਾ ਕੇ ਚੰਡੀਗੜ੍ਹ ਛਿਪ ਜਾਂਦੇ ਆ ਮੁੜ ਕੇ ਪਿੰਡਾਂ ਤੇ ਨਹੀਂ ਵੜਦੇ ਆ ਹੁਣ ਵੋਟਾਂ ਆਉਣਗੀਆਂ ਹੁਣ ਤੁਹਾਡੇ ਨਾਲ ਜਵਾਕਾਂ ਦੀਆਂ ਨਲੀਆਂ ਵੀ ਆ ਕੇ ਸਾਫ਼ ਕਰਨਗੇ ਅਬੋਟਾ ਆਉਣਗੇ ਹੁਣ ਤੁਹਾਡੇ ਜਿਹੜੇ ਖੁਰੜੇ ਨੇ ਉਹ ਵੀ ਸਾਫ਼ ਕਰਨਗੇ ਆ ਕੇ ਮੈਨੂੰ ਹੈਰਾਨਗੀ ਹੁੰਦੀ ਆ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਦੇਵਾਂਗੇ ਜੀ 24 ਘੰਟਿਆਂ ਚ ਸਰਕਾਰ ਬਣਨ ਦਿਓ ਸਰਕਾਰ ਬਣ ਗਈ 24 ਘੰਟਿਆਂ ਦੇ 2 ਸਾਲ ਹੋ ਗਏ ਇਨਸਾਫ਼ ਨਹੀਂ ਦਿੱਤਾ ਗੋਲੀ ਕਾਂਡ ਦਾ ਇਨਸਾਫ਼ ਦੇਵਾਂਗੇ 2 ਸਾਲ ਹੋ ਗਏ ਇਨਸਾਫ਼ ਨਹੀਂ ਦਿੱਤਾ ਬੰਦੀ ਸਿੰਘਾਂ ਦਾ ਮੁੱਦਾ ਚੁੱਕਾਂਗੇ ਜੀ ਅਸੀਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਣ ਦੀ ਗੱਲ ਦੂਰ ਦੀ ਰਹੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਰੱਦ ਕਰਤੀ ਇਹਨਾਂ ਲੋਕਾਂ ਨੇ ਚਲੋ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਮੈਂ ਸਿਰਫ ਇੰਨੀ ਗੱਲ ਕਹਿਣਾ ਵੀ ਜੋ ਸੱਚਾਈ ਹੈ ਸੱਚ ਨਾਲ ਜੜੋ ਭੇਡਾਂ ਨਾ ਬਣਿਆ ਕਰੋ ਐ ਵੀ ਨਾ ਕਿਆ ਕਰੋ ਅੰਨੇ ਭਗਤ ਅੰਨੀ ਸ਼ਰਦਾ ਵੀ ਹਾਂਜੀ ਬਾ ਇਹ ਹੀ ਸਹੀ ਹੈ ਜੀ ਜੇ ਦਿਨ ਕਹੇ ਦਿਨ ਚ ਰਾਤ ਕਹੇ ਤੀ ਵੀ ਹਾਂ ਰਾਤ ਹੈ ਜੀ ਬਸ ਇਹ ਨਾ ਕਹੋ ਵੀ ਰਾਤ ਹੈ ਉਹਨੂੰ ਪਲਟ ਕੇ ਸਵਾਲ ਕਰੋ ਵੀ ਦਿਨ ਚੜਿਆ ਹੋਇਆ ਹੈ ਦਿਮਾਖ ਰਾਵ ਹੋਇਆ ਦਿਨ ਚ ਰਾਤ ਗਈ ਜਾਣਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਸਾਡਾ ਮੋਦੀ ਸਰਕਾਰ ਟੱਸ ਤੋਂ ਮਸ ਨਹੀਂ ਹੋ ਰਹੀ ਉਹਨਾਂ ਨੇ ਐਮਐਸਪੀ ਦੇਣ ਤੇ ਜਿਹੜਾ ਇਨਕਾਰ ਕਰਤਾ ਹੁਣ ਜਿਹੜੀਆਂ ਫਸਲਾਂ ਤੇ ਉਹ ਕਹਿੰਦੇ ਆ ਉਹਨਾਂ ਤੇ ਸਾਨੂੰ ਕੀ ਲਾਭ ਹੈ ਜੀ ਹੁਣ ਦੂਜੀ ਗੱਲ ਤੇ ਜਿਹੜੀਆਂ ਮੰਗਾਂ ਸਾਡੀਆਂ ਹੋਰ ਨੇ ਉਹਨਾਂ ਤੇ ਸਹਿਮਤੀ ਕਿਉਂ ਨਹੀਂ ਦੇ ਰਹੇ ਕਿਸਾਨਾਂ ਤੇ ਪਰਚੇ ਰੱਦ ਕਰੋ ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਹੋਰ ਜਿਹੜੇ ਮੰਗਾਂ ਨੇ ਉਹ ਵੀ ਮੰਨੋ ਕਿਉਂ ਨਹੀਂ ਮੰਨ ਰਹੇ ਤੇ ਮੈਂ ਬੇਨਤੀਆਂ ਕਰਾਂ ਜਿਹੜੇ ਹਲੇ ਵੀ ਘਰਾਂ ਚ ਬੈਠੇ ਆ ਸਾਡੀਆਂ ਕਿਸਾਨ ਜਥੇ ਬੰਦੀਆਂ ਜਿਹੜਾ ਸਾਥ ਨਹੀਂ ਨਾ ਦੇ ਰਹੇ ਇਸ ਕਿਸਾਨ ਅੰਦੋਲਨ ਦਾ ਜਿਹੜੇ ਕਹਿੰਦੇ ਸਾਨੂੰ ਕਿਹੜਾ ਸੱਦਾ ਭੇਜਿਆ ਸੰਘਰਸ਼ਾਂ ਲਈ ਸੱਦੇ ਨਹੀਂ ਭੇਜੇ ਜਾਇਆ ਕਰਦੇ ਜੇ ਜ਼ਮੀਰਾਂ ਜਾਗਦੀਆਂ ਨੇ ਤੇ ਹਲੇ ਵੀ ਬਾਰਡਰਾਂ ਤੇ ਪਹੁੰਚ ਜੋ ਤੁਸੀਂ ਇਹ ਸਮਝੋ ਵੀ ਇਹ ਸਾਡੀ ਅਣਖ ਦਾ ਸਵਾਲ ਹੈ ਇਹ ਸਮਝੋ ਵੀ ਇਹ ਸਾਡੀ ਫਸਲਾਂ ਦੀ ਨਹੀਂ ਸਾਡੀ ਨਸਲਾਂ ਦੀ ਲੜਾਈ ਹੈ ਸਾਡੀ ਆਪਣੀ ਇੱਕ ਹੋਂਦ ਦੀ ਲੜਾਈ ਹੈ ਤੇ ਜੇ ਅਸੀਂ ਅੱਜ ਨਾਲ ਨਾਲ ਖੜੇ ਤੇ ਕੱਲ ਨੂੰ ਸਾਡੇ ਨਾਲ ਕਿਹਨੇ ਖੜਨਾ ਇਹ ਸੋਚ ਕੇ ਚੱਲੋ ਜੀ ਆਕੜਨਾ ਮੂਰੇ ਰੱਖੋ ਵੀ ਸਾਨੂੰ ਕਹੜਾ ਸੱਦਾ ਭੇਜਿਆ ਜੀ ਜਦੋਂ 13 ਫਰਵਰੀ ਦੀ ਕਾਲ ਦਿੱਤੀ ਤੁਹਾਡਾ ਵੀ ਫਰਜ਼ ਬਣਦਾ ਕੰਟੈਕਟ ਕਰੋ ਜਾ ਕੇ ਦੱਸੋ ਵੀ ਹਾਂ ਜੀ ਅਸੀਂ ਜਾਵਾਂਗੇ ਜੀ ਨਾਲ ਤੁਹਾਡੇ ਕੁਝ ਵੀ ਹੋ ਜੇ ਚਾਹੇ ਸੁਨੇਹਾ ਕੀ ਦੇ ਰਹੇ ਹਾਂ ਅਸੀਂ ਅੱਧੇ ਕੋ ਬਾਰਡਰਾਂ ਤੇ ਬੈਠੇ ਆ ਅੱਧੇ ਕੋ ਘਰਾਂ ਚ ਬੈਠੇ ਆ ਕੀ ਸੁਨੇਹਾ ਦੇ ਰਹੇ ਹਾਂ ਅਸੀਂ ਮੋਦੀ ਸਰਕਾਰ ਨਹੀਂ ਮੰਨ ਰਹੀ ਇਹਨਾਂ ਨੇ ਨਹੀਂ ਮੰਨਣਾ ਦਿੱਲੀ ਜਾਇਆ ਬਿਨਾਂ ਨਹੀਂ ਮੰਨਣਾ ਜਿੰਨਾ ਚਿਰ ਅਸੀਂ ਦਿੱਲੀ ਨਹੀਂ ਨਾ ਘੇਰਦੇ ਜਾ ਕੇ ਉਹਨਾਂ ਚਿਰ ਇਹਨਾਂ ਲੋਕਾਂ ਨੇ ਨਹੀਂ ਮੰਨਣਾ ਜੇ ਮੰਨਣਾ ਹੁੰਦਾ ਤੇ ਬਹੁਤ ਸਮਾਂ ਪਹਿਲਾਂ ਮੰਨ ਜਾਂਦੇ ਜਿੰਨਾ ਲੋਕਾਂ ਨੇ ਮੰਨਣਾ ਹੁੰਦਾ ਤੇ ਬਹੁਤ ਵਕਤ ਪਹਿਲਾਂ ਇਹ ਲੋਕ ਮੰਨ ਜਾਂਦੇ ਸਾਨੂੰ ਅੱਜ ਸੜਕਾਂ ਤੇ ਨਾ ਆਉਣਾ ਪੈਂਦਾ ਤੇ ਭਗਵੰਤ ਮਾਨ ਜਿਹੜੇ ਸਰਕਾਰ ਹੈ ਉਹ ਠੀਕ ਹੈ ਸਾਡਾ ਪੱਖਪੂਰ ਦੀ ਹੈ ਕਿਸਾਨਾਂ ਦਾ ਪੱਖਪੂਰ ਦੀ ਹੈ ਪਰ ਇਹ ਗੱਲ ਯਾਦ ਰੱਖੋ ਵੀ ਮੰਗਾ ਮੰਨਣੀਆਂ ਸੈਂਟਰ ਨੇ ਆ ਜੇ ਸੈਂਟਰ ਮੰਨੋ ਤਾਂ ਸਾਡਾ ਫਾਇਦਾ ਤੇ ਸੂਬਾ ਸਰਕਾਰ ਦੇ ਮੰਨਣ ਨਾਲ ਕੁਝ ਨਹੀਂ ਸਿਪਾਰਸ਼ ਕਰਵਾ ਸਕਦੇ ਹਾਂ ਸੂਬਾ ਸਰਕਾਰ ਤੋਂ ਇਹ ਗੱਲ ਮੰਨਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ